ਕਾਫੀ ਜਵਾਨੇ ਨੱਚਦੀ ਏ ਅੱਜ ਕਬੱਡੀ ਕੱਪ ਵਿੱਚ ਰਜੇ ਇਤਿਹਾਸ ਜਾਣੇ ਚਰਚਾ ਕਹਿੰਦੇ ਵੀ ਟਾਲੀ ਪਿੰਡ ਦੇ ਕਬੱਡੀ ਕੱਪ ਦੀ ਏ ਅੱਜ ਕਹਿੰਦੇ ਵੀ ਚਰਚਾ ਟਾਲੀ ਪਿੰਡ ਦੇ ਕਬੱਡੀ ਕੱਪ ਦੀ ਏ ਮਾਰੋ ਜੋ ਤਾਰੀਆਂ ਦਾ ਸੁਭਰਿਓ ਕਹਿੰਦੇ ਵੀ ਲੱਕੀ ਲਾਹਸ ਗਬਰੂ ਦਾ ਭਾਮ ਪਿੰਡ ਬੜਾ ਮਸ਼ਹੂਰ ਕੀਤਾ ਲਓ ਕਹਿੰਦੇ ਵੀ ਜਿੱਥੇ ਅੱਜ ਭੀਮ ਵਰਗੇ ਅੱਜ ਕਹਿੰਦੇ ਵੀ ਜੋਤੇ ਵਰਗੇ ਖਿਡਾਰੀਆਂ ਦੀ ਗੱਲ ਅੱਜ ਕਹਿੰਦੇ ਵੀ ਲੱਡੇ ਵਰਗੇ ਖਿਡਾਰੀਆਂ ਦੀ ਗੱਲ ਆਹ ਕਹਿੰਦੇ ਵੀ ਛੱਪਾ ਲਾਹਸ ਗਬਰੂ ਦਾ ਖੇਡ ਮੈਦਾਨ ਦੇ ਵਿੱਚ ਪੰਜਾਬ ਦੇ ਕਹਿੰਦੇ ਵੀ ਵੱਖ ਵੱਖ ਕਬੱਡੀ ਕੱਪਾਂ ਦੇ ਵਿੱਚ ਮੱਲਾ ਮਾਰਨ ਦਾ ਬਾਣ ਹਾਸਲ ਦੇਖਦੇ ਹੋਏ ਧਰਤੀ ਮਾਂ ਨੂੰ ਮੱਥਾ ਦੂਸਰੇ ਪਾਸੇ ਕਹਿੰਦੇ ਵੀ ਟੀਮ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜੇ ਹਾਂਜੀ ਬੱਬਲ ਸਾਹਿਬ ਹੈਲੋ ਇਕਰ ਸਿੰਘ ਜੀ ਜੋਸਤੇ ਦੇਵਰੰਗ ਜੀ ਕੋਚ ਰਣਜੀਤ ਸਿੰਘ ਜੀ ਕੋਚ ਗੁਰਮੀਤ ਸਿੰਘ ਜੀ ਐਸ ਆਈ ਦਲਬੀਰ ਸਿੰਘ ਸਵੈਟਰ ਸਾਹਿਬ ਮਨਮੋਹਨ ਸਿੰਘ ਜੀ ਅਮਰਜੀਤ ਸਿੰਘ ਜੀ ਟਾਲੀ ਔਰ ਰਾਜਕੁਮਾਰ ਜੈ ਸਾਹਿਬ ਨੂੰ ਬੇਨਤੀ ਕਰਦਾ ਹਾਂ ਰਾਜਕੁਮਾਰ ਜੈ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਗਰਾਊਂਡ 'ਚ ਪਹੁੰਚ ਦੀ ਕਿਰਪਾਲਤਾ ਕਰਨ ਤਾਂ ਕਿ ਦੋਹਾਂ ਟੀਮਾਂ ਜਾਣ ਪਹਿਚਾਣ ਕਰਵਾਈ ਜਾ ਸਕੇ ਇੰਟਰੋਡਿਊਸ ਕਰਾ ਕੇ ਹਾਂਜੀ ਮਾਰੋ ਜੋਰਦਾਰ ਤਾੜੀਆਂ ਕਿ ਹੌਸਲੇ ਫਤਿਹ ਕੀ ਬੁਨਿਆਦ ਹੁਆ ਕਰਦੇ ਹੈ ਕਾਂਧ ਤੇ ਹੱਥ ਹੋ ਸੇ ਸ਼ਮਸ਼ੀਰ ਉਠਾਇਆ ਨਾ ਕਰੋ ਕਾਂਧ ਤੇ ਹੱਥ ਹੋ ਸੇ ਸ਼ਮਸ਼ੀਰ ਉਠਾਇਆ ਨਾ ਕਰੋ ਮਾਰੋ ਜੋਰਦਾਰ ਤਾੜੀਆਂ ਸੁਣਾ ਦੇਵਾਂ ਦੇ ਲਈ ਕਹਿੰਦੇ ਵੀ ਹੈਂਡੀਕੈਪ ਹੈ ਪਰ ਪੂਰੀ ਹਿੰਮਤ ਕਰਦਾ ਹੋਇਆ ਕਿ ਹਾਸ਼ੋ ਫਤਿਹ ਨਸੀਬ ਉਹਨਾਂ ਨੂੰ ਜਿਹੜਾ ਹਿੰਮਤ ਯਾਰ ਬਣਾਈ ਹਾਸ਼ੋ ਫਤਿਹ ਨਸੀਬ ਉਹਨਾਂ ਨੂੰ ਜਿਹੜਾ ਹਿੰਮਤ ਯਾਰ ਬਣਾਈ ਲਓ ਵੱਡੇ ਕਹਿੰਦੇ ਮਾਨ ਅੱਜ ਦਿੱਤੇ ਜਾਂਦੇ ਨੇ ਇਸ ਕਬੱਡੀ ਕੱਪ ਦੇ ਵਿੱਚ ਸਤਨਾਮ ਸਿੰਘ ਜੀ ਸਰਦਾਰ ਤਾਇਆ ਸਿੰਘ ਟਾਲੀ ਵੱਡਾ ਮਾਨ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਜਿਹਨਾਂ ਦੇ ਸਪੁੱਤਰਾਂ ਵੱਲੋਂ ਇੱਕ ਗੁਰਨਾਮ ਸਿੰਘ ਇੱਕ ਸਤਨਾਮ ਸਿੰਘ ਜੀ ਸੱਤਾ ਪਹਿਲਵਾਨ ਕਿ ਦੋ ਵੀਰ ਦਈ ਬੇ ਰੱਬਾ ਇੱਕ ਮੁਨਸ਼ੀ ਤੇ ਦੂਜਾ ਪਟਵਾਰੀ ਦੋ ਵੀਰ ਦਈ ਬੇ ਰੱਬਾ ਇੱਕ ਮੁਨਸ਼ੀ ਤੇ ਦੂਜਾ ਪਟਵਾਰੀ ਹੈਲੋ ਹੈਲੋ ਹਰਜਿੰਦਰ ਸਿੰਘ ਕੋਥੇ ਤੇ ਲਾਡੀ ਭਾਜੀ ਸਤਨਾਮ ਸਿੰਘ ਦੇ ਦੋਸਤ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਗਰਾਊਂਡ ਵਿੱਚ ਜਾਣ ਰਾਜਕੁਮਾਰ ਜੈ ਸਾਹਿਬ ਨਾਲ ਕੁਲਦੀਪ ਸਿੰਘ ਜੀ ਜਸਪਾਲ ਸਿੰਘ ਜੀ ਉਹਨਾਂ ਨਾਲ ਆ ਗਰਾਊਂਡ ਦੇ ਵਿੱਚ ਤਾਂ ਕਿ ਦੋਨਾਂ ਟੀਮਾਂ ਨਾਲ ਜਾਣ ਪਹਿਚਾਣ ਹੋ ਸਕੇ ਬਹੁਤ ਵੱਡੇ ਪੱਧਰ ਤੇ ਟੂਰਨਾਮੈਂਟ ਹੋ ਰਿਹਾ ਹੈ ਸਾਰਿਆਂ ਦਾ ਮਨ ਮੈਂ ਦੇਖ ਰਿਹਾ ਹਾਂ ਕਿ ਖੁਸ਼ੀ ਨਾਲ ਭਰ ਰਿਹਾ ਹੈ ਇੰਨੇ ਵਧੀਆ ਇਕੱਤਰਤਾ ਦੇਖਦੇ ਹੋਏ ਸੁਖਦੇਵ ਸਿੰਘ ਜੀ ਕਾਲਾ ਮੈਂਬਰ ਪੰਚਾਇਤ ਪਿੰਡ ਟਾਲੀ ਉਹ ਵੀ ਇੱਥੇ ਬੈਠੇ ਹਨ ਸਵੇਰ ਦੇ ਉਹਨਾਂ ਨੇ ਪਹਿਲਾਂ ਇਨਾਮ ਵੀ ਕਾਫੀ ਭੇਜਿਆ ਸੀ ਬੇਨਤੀ ਕਰਦਾ ਹਾਂ ਕਿ ਉਹ ਵੀ ਗਰਾਊਂਡ ਦੇ ਅੰਦਰ ਆ ਕੇ ਆਪਣੇ ਹਾਜ਼ਰੀ ਲਵਾ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਹੈ ਟੀਮਾਂ ਨੂੰ ਫਿਰ ਦੁਬਾਰਾ ਬੇਨਤੀ ਹੈ ਵਾਰ ਵਾਰ ਰਾਹੁਲ ਅੰਮ੍ਰਿਤਸਰੀਆ ਕਿਹਦੇ ਵੀ ਦੰਦਾਂ ਦੇ ਨਾਲ ਜਿਹੜਾ ਹੈ ਇੱਟਾਂ ਚੱਕ ਕੇ ਦਿਖਾਉਂਦਾ ਹੋਇਆ ਇੱਟਾਂ ਚੱਕ ਕੇ ਦਿਖਾਉਂਦਾ ਹੋਇਆ ਸਾਡੇ ਸ਼ੀਰੂ ਹਲਵਾਈ ਵੱਲੋਂ ਇੱਕ ਸੌ ਜਿਹੜਾ ਇਸ ਹੈਂਡੀਕੈਪ ਨੂੰ ਦਿੱਤਾ ਗਿਆ ਆਪਾਂ ਕਰੀਏ ਧੰਨਵਾਦ ਔਰ ਇਸ ਨੌਜਵਾਨ ਦੇ ਲਈ ਵੀ ਮਾਰੋ ਜ਼ੋਰਦਾਰ ਤਾੜੀਆਂ ਦੰਦਾਂ ਦੇ ਨਾਲ ਅੱਜ ਕੱਲ੍ਹ ਕਹਿੰਦੇ ਨੌਜਵਾਨ ਦੰਦਾਂ ਦੇ ਨਾਲ ਤੰਬਾਕੂ ਚੱਕਦੇ ਨੇ ਆਹ ਨੌਜਵਾਨ ਜੋ ਹੈ ਦੰਦਾਂ ਦੇ ਨਾਲ ਕਹਿੰਦੇ ਇੱਟਾਂ ਚੱਕ ਕੇ ਦਿਖਾਉਂਦਾ ਹੋਇਆ ਹਾਂਜੀ ਬਬਲ ਸਾਹਿਬ ਹੈਲੋ ਬਹੁਤ ਵੱਡੀ ਗਿਣਤੀ ਜਾਏ ਸਮੂਹ ਦਰਸ਼ਕਾਂ ਦਾ ਟਾਲੀ ਬੱਲਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਜੇ ਆਇਆ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ ਪਹਿਲਾਂ ਵੀ ਕਿੰਨੀ ਵਾਰ ਗਰਾਊਂਡ ਤੋਂ ਬੇਨਤੀ ਕਰ ਚੁੱਕੇ ਹਾਂ ਦੋਹਾਂ ਟੀਮਾਂ ਨੂੰ ਟਾਲੀ ਬੱਲਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਸਦਕਾ ਐਡਾ ਵੱਡਾ ਟੂਰਨਾਮੈਂਟ ਟਾਲੀ ਪਿੰਡ ਦੇ ਸਕੂਲ ਦੀ ਗਰਾਊਂਡ ਵਿੱਚ ਹੋ ਰਿਹਾ ਹੈ ਅਸੀਂ ਸਾਰੇ ਇਲਾਕਾ ਨਿਵਾਸੀ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਇਹਨਾਂ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਵੱਧ ਚੜ ਕੇ ਅਜਿਹੇ ਪ੍ਰੋਗਰਾਮ ਟੂਰਨਾਮੈਂਟ ਕਰਵਾਉਂਦੇ ਰਹਿਣ ਤਾਂ ਕਿ ਇਸ ਇਲਾਕੇ ਵਿੱਚ ਰੌਣਕਾਂ ਲੱਗੀਆਂ ਰਹਿਣ ਜੋ ਅੱਜ ਨਸ਼ਿਆਂ ਦਾ ਹੜ ਇਸ ਇਲਾਕੇ ਵਿੱਚ ਚੱਲ ਰਿਹਾ ਹੈ ਉਸ ਹੜ ਨੂੰ ਰੋਕਣ ਵਾਸਤੇ ਉਸ ਨੂੰ ਥੰਮ ਪਾਉਣ ਵਾਸਤੇ ਇਹੋ ਇੱਕ ਉਪਰਾਲਾ ਹੈ ਇਸ ਉਪਰਾਲੇ ਸਦਕਾ ਹੀ ਅਸੀਂ ਲੋਕਾਂ ਨੂੰ ਨਸ਼ੇ ਨੂੰ ਦੂਰ ਕਰ ਸਕਦੇ ਹਾਂ ਕਿਉਂਕਿ ਇਹ ਜੋ ਖਿਡਾਰੀ ਖੇਡ ਰਹੇ ਹਨ ਇਹ ਲੋਕ ਖੁਰਾਕਾਂ ਖਾ ਕੇ ਆਪਣੀ ਮਿਹਨਤ ਮੁਸ਼ੱਕਤ ਕਰਕੇ ਇਸ ਗਰਾਊਂਡ ਵਿੱਚ ਪਹੁੰਚੇ ਹਨ ਇਹਨਾਂ ਲੋਕਾਂ ਨੂੰ ਜਦੋਂ ਅਸੀਂ ਲੋਕ ਦੇਖਦੇ ਹਾਂ ਸਾਰੇ ਤਾਂ ਆਪਣੇ ਮਨਾਂ 'ਚ ਗੱਲ ਜ਼ਰੂਰ ਆਉਂਦੀ ਹੈ ਕਿ ਸਾਨੂੰ ਵੀ ਕੱਲ੍ਹ ਨੂੰ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਇਸ ਗੱਲ ਵਾਸਤੇ ਪ੍ਰੇਰਿਤ ਕਰੀਏ ਕਿ ਉਹ ਵੀ ਖਿਡਾਰੀ ਬਣਨ ਪਲੇਅਰ ਬਣਨ
अपने इलाके का अपने पिंड का नाम रोशन करना। हाँ जी, दोनों टीमों लाइन अप करवाया जाए। सरदार अमरीक सिंह जी, दोनों ही आ गई हैं जी, दोनों टीम पहुंच चुकी ने, दोनों टीमों लाइन अप करवाया जाए। साडे बहुत ही सरदारयोग अमरीक सिंह नाल मंगल कोच, बहुत वड्डी प्रसिद्धि जिन्हों के सदे पत्र से पुजे हुए अज खिडारी मंगल कोच नाल कुलविंदर सिंह जी काला, मेरा वीर जो है नथूपुर पिंड बड़ा मशहूर किया दुनिया भारत में। दोनों टीमों लाइन अप करवाया जाए, दोनों टीमों। हेलो, दिक्कर सिंह जी यूएसए तो, देवराम जो इंडिया टीम के कोच हैं, रणजीत सिंह जी बोर्ड, गुरमीत सिंह जी, दलबीर सिंह, मनमोहन सिंह जी, मनमोहन सिंह टाली, मनमोहन सिंह टाली, अमरजीत सिंह मैंबर पंचायत टाली, हरजिंदर सिंह गोठे लाठी, सारियां नूं बेनती है कि वह ग्राउंड में पहुंचत कृपालता कर खिडारियों का जान पहचान हो सके और अगले रसम हो सके, क्योंकि टाइम बहुत थोड़ा रह गया है, मैच काफी हैं, टाइम खराब ना किया जाए, जाया ना किया जाए, लोग मैच देखने वास्ते आए हैं तो लोगों का पूरा मनोरंजन करना है। आपां मैं फिर दोबारा बेनती करता हाँ, जो मेन गेट है इस खाली कर दिया जाए, क्योंकि जो आने वाले लोग हैं सानू पता लग रहा है कि कौन आ रहा है या कौन जा रहा है। असं इस करके दोबारा फिर बेनती करते हैं जो गेट है मेन एंट्री है इतने अंदर आने वास्ते उस खाली किया जाए और स्टेज के सामने जितनी लेडीज खड़िया औरत खड़िया हैं उन्होंने चरणों से हाथ जोड़ के बेनती है कि स्टेज के खब्बे पासे लेडीज वास्ते जगह है, सारे सारे इधर आने की कृपालता कर, जो स्टेज के सामने औरत खड़िया हैं उन्होंने बेनती है कि स्टेज के खब्बे पासे कंधे नाल दीवार के नाल आके खलोण ताकि थोड़ा उतू ज्यादा देखते आनंद लै सकते इन इस टूरनामेंट का इस कबड्डी का। बहुत बहुत धन्यवाद। अली जी कैरी ऑन प्लीज। हाँ जी, अगली गल साडा वीर कहिंदे सूबा माइक दे उपर सेवा होवेगी साडे सूबे वीर दी, तो बहुत बहुत धन्यवाद, बहुत बहुत मेहरबानी कुलविंदर सिंह जी बबल साहब। हुण गल जिहड़ी है साडा वीर सूबा तो बहुत वधिया कबड्डी दे बोलां नूं सुना रहा इस नौजवान मेरे वीर ने, मेहरबानी शुक्रिया। तो बड़ा फसना मैच साना दे पेड़ होण वाली गल जिहड़ी है वह हुण होण लगी है, स्वरूप वाल वर्सस नड़ा वाली, दोनों टीम जिहड़ियां ग्राउंड के पुज चुकी ने। और बरजिंदर सिंह जी, बरजिंदर सिंह जी बल्ला, सुखविंदर सिंह एम पी, इंस्पैक्टर रणबीर सिंह जी, महेंद्र सिंह लाडी जी, बेनती ग्राउंड जान एक यादगार तस्वीर खिंचन जा रही है। ये जो आप देख रहे हैं सारा प्रोग्राम ये कबड्डी टोने वालों इंटरनेट पर पूरे दुनिया भर च लाइव हो रहा, टेलीकास्ट हो रहा है, बहुत सारे फोन आ रहे हैं, बहुत दूर दूर बैठे लोग, विदेशों से बैठे हुए लोग टाली पिंड के इस टूरनामेंट को देख रहे हैं। मैं टाली पिंड के वासियों का भी धन्यवाद करता हाँ जिन्होंने सवेर तो आके इस रौनक को बधाया है। एक याद रही तस्वीर, बहुत बहुत धन्यवाद साडे फोटोग्राफर साहब का, साडे कबड्डी टूने वालों का जो सवेर तो आके ड्यूटी निभा रहे हैं। तो बहुत मेहरबानी साडे महेंद्र सिंह जी लाडी पिंड भरियार तो सरपंच साहब उन्होंने सर उन्होंने की भी आमद हुई है जी आया इतने पहुंचन पे, और बेनती है कि खिडारी वीर तो रैफरी सारे यही ग्राउंड के रहेंगे बाकी नहीं। हेलो हेलो, शुभ सूचना एक अमरजीत सिंह, हेलो शुभ समाचार है इंस्पैक्टर हरमीत सिंह प्रधान संत प्रेम सिंह वेलफेयर सोसायटी पेकवाल वालों अनाउंसमेंट जारी हुई है, तो जो इस ग्राउंड विचों जाफी और रेडर स्टॉपर एक नंबर दियांगे उन्होंने एतवार बेगल विखे सोसायटी वालों विशेष तौर पर सम्मान किया जाएगा। बैक तौर पर यह प्रधान सिंह वालों शुभ सूचना।
तो बड़ा फसवा मैच जिहड़ा कबड्डी दा वेखण नूं मिलना है। तो मेरी बेनती है कि दर्शक वीर जिहड़े ने हुम हमा के साडे दरम्यान पहुंचे ने, तो बेनती है कि ग्राउंड दे विच सिर्फ ते सिर्फ खिडारी जां रैफरी, बाकी तो अगलिया दोनों टीमों नूं भी काल है कि हाफ टाइम दे विच इंटर करनियां जरूरी ने भाई। अगलिया दोनों टीम हाफ टाइम दे विच इंटर कर, चलो जो है ना ये लकी नौजवान का ना है भाई, ये लकी भी पाई हुई कबड्डी है, तगड़े हुए जवानों और मारिया ही पंजा छे रंग लकी ने मारदा छाला नंबर लगे अपने घर आ गया भी नौजवान कमाल करके रख दी है भाई इस नौजवान ने। शिशु हलवाई वालों जिहड़ी टीम जीती उहदे वास्ते 1000 रुपया उहदे कोलों लैणा तुसीं जा के ਕਿੱਕਰ ਭਲਵਾਨ ਯੂਐਸਏ ਨੂੰ 500 ਰੁਪਇਆ ਜਿਹੜੀ ਟੀਮ ਜਿੱਤੇਗੀ ਉਹਦੇ ਵਾਸਤੇ। ਤੇ ਬਹੁਤ ਵਧੀਆ ਬੜਾ ਫਸਿਆ ਮੈਚ ਚੱਲਦਾ ਹੈ। ਛੱਬਾ ਨਾਮ ਹੈ ਇਸ ਨੌਜਵਾਨ ਦਾ, ਇੱਕ ਛੱਬਾ ਗੁਰਦਾਸਪੁਰੀਆ ਇੱਕ ਛੱਬਾ ਧਾਰੋ ਵਾਲੀਏ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇੱਕ ਛੱਬਾ ਆ ਦੇਖ ਮਾਰਿਆ ਹੀ ਸੱਜੀ ਕੰਨੀ ਤੇ ਹਲਕਾ ਜਿਹਾ ਟੱਚ, ਛੱਬਾ ਨੰਬਰ ਲੈ ਕੇ ਆਪਣੇ ਘਰ ਆ ਗਿਆ ਬਈ ਰਾਣਾ। ਆ ਕੁਰਸੀਆਂ ਮੇਰਾ ਵੀਰ ਲਾਈਨ ਦੇ ਵਿੱਚ ਨੇ, ਥੋੜੀ ਥੋੜੀਆਂ ਪਿੱਛੇ ਕਰ ਲਓ ਸੱਤਾ ਪਹਿਲਵਾਨ ਜੀ, ਭਾਜੀ ਕੁਰਸੀਆਂ ਲਾਈਨ ਤੋਂ ਥੋੜੀ ਥੋੜੀਆਂ ਪਿੱਛੇ ਕਰ ਲਓ ਮਿਹਰਬਾਨੀ ਹੋਵੇਗੀ। 500 ਰੁਪਇਆ ਅਮਰਜੀਤ ਸਿੰਘ ਟਾਹਲੀ ਸਾਡੀ ਕਲੱਬ ਵਾਸਤੇ ਦਿੱਤਾ, ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਆਪਣੇ ਇਸ ਵੀਰ ਦਾ। ਰਾਣਾ ਨੰਬਰ ਲੈ ਕੇ ਆਪਣੇ ਘਰ ਰਵੀ ਆ ਗਿਆ ਵੀ ਜਵਾਨਾਂ ਤਗੜੇ ਹੋਵੇ, 1 2 3 ਅਸੀਂ 4 ਵੀ ਭਰਾ ਦੇ ਜਿਹੜਾ ਚੰਗਾ ਲੱਗਦਾ ਸੀ ਉਹਨੂੰ ਹੱਥ ਲਾ, ਚਾਰੇ ਹੀ ਜਾਫੀ ਤਿਆਰ ਬਾਰ ਤਿਆਰ ਮਾਰਦੇ ਨੀ ਛਾਲਾ ਨੌਜਵਾਨ। ਵੇਖ ਹਰੇ ਰੰਗ ਦੇ ਕੱਛੇ ਦੇ ਵਿੱਚ ਇਹਨੂੰ ਰਵੀ ਆਖਦੇ ਨੀ, ਹੋ ਗਿਆ ਹੀ ਦਸਤ ਪੰਜਾ ਬਈ ਜਵਾਨਾ। ਵੇਖ ਹੁਣ ਕਿਸੇ ਦੀ ਗੱਲ ਕਰਦਾ ਈ ਨੌਜਵਾਨ ਬਣਿਆ ਪਿਆ ਬਈ ਚੀਨ ਦੀ ਕੰਧ, ਚੀਨ ਦੀ ਕੰਧ ਟੱਪਣੀ ਬੜੀ ਔਖੀ ਆ, ਪਰ ਰਵੀ ਨੰਬਰ ਲੈ ਕੇ ਆਪਣੇ ਘਰ ਬਈ ਜਵਾਨ ਰੋਡ ਬਣ ਗਿਆ ਬਈ ਜਵਾਨ। ਬਹੁਤ ਵਧੀਆ ਬੜਾ ਫਸਿਆ ਕਬੱਡੀ ਦਾ ਮੈਚ ਚੱਲਦਾ ਹੋਇਆ ਇਹ ਨੌਜਵਾਨਾਂ ਨੇ ਕਮਾਲਾਂ ਕੀਤੀਆਂ। ਸਿਮਰਨ ਸਿਮਰਨ ਆ ਗਿਆ ਬਈ, ਝੁੱਕ ਝੁੱਕ ਕੇ ਚੜੇ ਪੌੜੀਆਂ ਤੁਰਦੀ ਪੱਬਾਂ ਭਾਰ ਜਵਾਨੀ ਆ ਗਈ ਜੇ, ਕਰਦੀ ਮਾਰੇ ਮਾਰ ਜਵਾਨੀ ਆ ਗਈ ਏ। ਆ ਸਿਮਰਨ ਨੌਜਵਾਨ ਹੈ ਤਗੜਾ ਹੋ ਗਿਆ ਬਈ ਗੋਰਾ, ਕਹਿੰਦਾ ਗੋਰੇ ਰੰਗ ਨੂੰ ਤਵੀਤ ਕਰਾ ਦੇਵੇ ਨਜ਼ਰਾਂ ਨੇ ਖਾ ਲਈ ਮਿੱਤਰਾ, ਰੰਗ ਵੀ ਗੋਰਾ ਤੇ ਨਾਂ ਵੀ ਗੋਰਾ ਮੁੰਡੇ ਦਾ ਗੋਰਾ ਨਿਸ਼ੋਰ ਗੱਭਰੂ ਨੌਜਵਾਨ ਗੋਰਾ। ਉਹ ਹੋਇਆ ਹੀ ਸੱਜੀ ਕੰਨੀ ਤੇ ਦਸਤ ਪੰਜਾ, ਵੇ ਹੁਣ ਕਿਹੋ ਜੀ ਗੱਲ ਕਰਕੇ ਵਿਖਾਲਦਾ ਬਈ ਇਹ ਨੌਜਵਾਨ। ਆ ਵੇਖ ਪਟਾਕੇ ਪੈਂਦੇ ਉਹ ਕੌਡੀ ਖੇਡ ਪੰਜਾਬੀਆਂ ਦੀ ਮਾਂ ਖੇਡ ਕਬੱਡੀ, ਮਾਰਦਾ ਸ਼ਾਲਾ ਗੋਰਾ ਨੰਬਰ ਲੈ ਕੇ ਆਪਣੇ ਘਰ ਆ ਗਿਆ ਬਈ, ਕਮਾਲ ਦੀ ਗੱਲ ਕਰਕੇ ਵਿਖਾਲ ਦਿੱਤੀ ਆ ਬਈ ਇਸ ਨੌਜਵਾਨ ਨੇ। ਬਹੁਤ ਵਧੀਆ ਬੜਾ ਫਸਵਾਂ ਮੈਚ ਚੱਲਦਾ ਹੋਇਆ ਇਹਨਾਂ ਨੌਜਵਾਨਾਂ ਦਾ। ਲਖਵਿੰਦਰ ਸਿੰਘ ਜੀ ਲੱਖਾ 500 ਰੁਪਇਆ, ਰਾਜ ਕੁਮਾਰ 500 ਰੁਪਇਆ, ਲੰਬੜਦਾਰ ਰਵੇਲ ਸਿੰਘ 100 ਰੁਪਇਆ, ਅਮਰਜੀਤ ਸਿੰਘ 500 ਰੁਪਇਆ। ਬਹੁਤ ਵਧੀਆ ਸਾਡੀ ਇਸ ਕਮੇਟੀ ਦੀ ਸਹਾਇਤਾ ਕੀਤੀ ਹੈ, ਅਸੀਂ ਕਹਿੰਦੇ ਨਾ ਸ਼ੁਕਰਗੁਜ਼ਾਰ ਹਾਂ ਆਪਣੇ ਇਹਨਾਂ ਵੀਰਾਂ ਦੇ। ਲੱਕੀ ਆ ਗਿਆ ਬਈ ਤਗੜੇ ਹੋ ਗਏ ਜਵਾਨੋ, ਇਹਨੂੰ ਲੱਕੀ ਆਖਦੇ ਨੀ। ਟਾਹਲੀ ਦੇ ਸਰਪੰਚ ਸਰਦਾਰ ਅਵਤਾਰ ਸਿੰਘ ਉਹਨਾਂ ਦੇ ਬਹੁਤ ਧੰਨਵਾਦੀ ਹੈ ਕਿ ਜਿਹਨਾਂ ਨਗਰ ਦੇ ਵਿੱਚ ਇੰਨਾ ਵਧੀਆ ਮੇਲਾ ਲਾਇਆ ਹੈ। ਉੱਧਰ ਵੇਖ ਉੱਧਰ ਵੇਖ ਗੱਡੀਆਂ ਤੇ ਗੱਡੀਆਂ ਵੱਜੀਆਂ ਨੇ, ਜੀਟੀ ਰੋਡ ਤੇ ਬ੍ਰੇਕਾਂ ਲੱਗੀਆਂ, ਅੱਜ ਗੱਡੀਆਂ ਤੇ ਗੱਡੀਆਂ ਵੱਜੀਆਂ ਨੇ, ਬਿੱਲੋ ਤੇਰੀ ਤੋਰ ਵੇਖ ਕੇ। ਹਾਂਜੀ ਅਗਲੀਆਂ ਦੋਨੋਂ ਟੀਮਾਂ ਹਾਫ ਟਾਈਮ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਇੰਟਰ ਕਰਦੇ ਹੋਏ ਬਲਪੁਰ ਤੇ ਵਰਸਨ ਨਡਾਲਾ, ਬਲਪੁਰ ਵਰਸਸ ਨਡਾਲਾ ਦੋਨੋਂ ਟੀਮਾਂ। ਉਹ ਦੇਖ ਛੱਬੇ ਦੀ ਹੋਈ ਪਈ ਗੱਲ, ਹੋਇਆ ਪਿਆ ਦਸਤ ਪੰਜਾ ਛੱਬੇ ਦੇ ਨਾਲ, ਰਾਣਾ ਆ ਗਿਆ ਬਈ ਤਗੜੇ ਹੋ ਲੋ। ਇੱਕ ਇੰਗਲੈਂਡ ਦੀ ਕਬੱਡੀ ਦਾ ਪਹਾੜ ਸਿੰਘ ਦੇ ਨਾਂ ਦਿੱਤਾ ਗਿਆ ਸੀ ਉਸ ਨੌਜਵਾਨ ਨੂੰ, ਮੰਗਾ ਪਹਾੜ ਉਹ ਵੀ ਗੱਲ ਹੈ ਇਸ ਰਾਣੇ ਨੌਜਵਾਨ ਦੀ, ਪਤਾ ਲੱਗਦਾ ਨਾ
ਉਹ ਤੇਰੇ ਸਦਕੇ ਆਹ ਤਾਂ ਗੋਡੀਆਂ ਲਵਾ।